ਸਾਰਾ ਵੇਟ ਹੋਣਾ, ਮੈਨੂੰ ਕੋਈ ਫਰਕ ਨਹੀਂ ਪੈਣਾ, ਠੀਕ ਆ, ਮੈਂ ਕੋਈ ਨਾ ਚੌਂਕੀ ਚੱਜ ਲੱਗਣਾ ਨਾ ਐਸੀ ਤੋਂ ਲੱਗਣਾ, ਇਸ ਕਰਕੇ ਬੰਦਿਆਂ ਨੂੰ ਉੱਥੇ ਚੱਲ ਜਾ, ਆ ਜਾ, ਵੇਟ ਹੋਣਾ ਮੈਨੂੰ ਕੋਈ ਫਰਕ ਨਹੀਂ ਪੈਣਾ, ਠੀਕ ਆ, ਮੈਂ ਕੋਈ ਨਾ ਚੌਂਕੀ ਚੱਜ ਲੱਗਣਾ ਨਾ ਐਸੀ ਤੋਂ ਲੱਗਣਾ, ਇਸ ਕਰਕੇ ਬੰਦਿਆਂ ਨੂੰ ਉੱਥੇ ਚੱਲ ਜਾ, ਆ ਜਾ, ਵੇਟ ਹੋਣਾ ਮੈਨੂੰ ਕੋਈ ਫਰਕ ਨਹੀਂ ਪੈਣਾ, ਠੀਕ ਆ, ਮੈਂ ਕੋਈ ਨਾ ਚੌਂਕੀ ਚੱਜ ਲੱਗਣਾ ਨਾ ਐਸੀ ਤੋਂ ਲੱਗਣਾ, ਇਸ ਕਰਕੇ ਬੰਦਿਆਂ ਨੂੰ ਉੱਥੇ ਚੱਲ ਜਾ, ਆ ਜਾ। ਹਾਂਜੀ, ਕੀ ਕਹਿਣਾ ਚਾਹੁੰਦੇ ਤੁਸੀਂ? ਮੈਂ ਇਹ ਕਹਿਣਾ ਚਾਹੁੰਦੀ ਹਾਂ, ਸਾਡੇ ਨਾਲ ਬਹੁਤ ਧੱਕਾ ਹੋ ਰਿਹਾ ਵਾ, ਸਾਨੂੰ ਇੱਥੇ ਆਪਣੇ ਘਰ 'ਚ ਸਾਨੂੰ ਜੇਲ੍ਹਾਂ ਵਾਂਗੂ ਰਹਿਣਾ ਪੈ ਰਿਹਾ ਵਾ। ਕੀ ਨਾਂ ਜੀ ਤੁਹਾਡਾ? ਹੀਨਾ। ਕਿੰਨੀ ਦੇਰ ਤੋਂ ਤੁਸੀਂ ਇੱਥੇ ਰਹਿ ਰਹੇ ਹੋ? ਅਸੀਂ 2011 ਤੋਂ। ਕੀ ਮਸਲਾ ਜੀ ਤੁਹਾਡਾ ਇਹ, ਜਿਹੜਾ ਅੱਜ ਪੁਲਿਸ ਬੈਠੀ ਹੋਈ ਆ ਤੇ ਤੁਸੀਂ ਕਹਿੰਦੇ ਹੋ ਸਾਡੇ ਨਾਲ ਧੱਕਾ ਹੋ ਰਿਹਾ? ਮਸਲਾ ਪ੍ਰਾਪਰਟੀ ਦਾ ਵਾ, ਇੱਕ ਫਾਈਨੈਂਸਰ ਆ ਮਹੇਸ਼ਿੰਦਰ ਸਿੰਘ ਤੇ ਉਹਦੇ ਨਾਲ ਹੈਗਾ ਬਲਜਿੰਦਰ ਸਿੰਘ, ਇਹਨਾਂ ਨੇ ਬਲਜਿੰਦਰ ਸਿੰਘ ਹੈਗਾ ਸ਼ਿਮਲਾਪੁਰੀ ਦਾ, ਮਹੇਸ਼ਿੰਦਰ ਸਿੰਘ ਹੈਗਾ ਦੁਗਰੀ ਦਾ, ਤੇ ਇਹਨਾਂ ਨੇ ਮਿਲ ਕੇ ਸਾਡੇ ਨਾਲ ਘਪਲਾ ਕੀਤਾ, ਸਾਡੀ ਪ੍ਰੋਪਰਟੀ ਦੱਬਣ ਦੀ ਕੋਸ਼ਿਸ਼ ਕਰਦੇ ਪਏ ਨੇ। ਇਹਨਾਂ ਨੇ ਸਾਨੂੰ ਫਾਈਨੈਂਸ 'ਚ 25 ਲੱਖ ਰੁਪਇਆ ਦਿੱਤਾ, ਜਿਹਦੇ 'ਚ ਹੁਣ ਇਹ ਸਾਡਾ ਘਰ ਦੱਬਣਾ ਚਾਹੁੰਦੇ ਨੇ। ਤੇ ਉਹ ਤੁਸੀਂ 25 ਲੱਖ ਰੁਪਇਆ ਤੁਹਾਡੇ ਕੋਲੇ ਆ ਜਾਂ ਵਾਪਸ ਕਰਤਾ ਤੁਸੀਂ? ਨਹੀਂ, ਉਹ ਸਾਡੇ ਕੋਲੇ ਆ ਜੀ, ਉਹ ਲੈ ਲਿਆ। ਵਾਪਸ ਕਰਨ ਨੂੰ ਤਿਆਰ ਆ ਜੀ। ਕਿੰਨੀ ਦੇਰ ਤੋਂ ਲਿਆ ਹੋਇਆ ਸੀ 25 ਲੱਖ ਰੁਪਇਆ? ਸਾਨੂੰ 1 ਸਾਲ ਹੋ ਗਿਆ ਤਕਰੀਬਨ। ਕੀ ਤੁਹਾਡਾ ਮਸਲਾ ਕੀ ਨਿਬੜਿਆ ਜੀ ਇਸ ਚੀਜ਼ 'ਤੇ? ਕਿਸੇ ਨੇ ਕੋਈ ਸੁਣਵਾਈ ਨਹੀਂ ਹੋ ਰਹੀ ਸਾਡੀ ਕਿਤੇ ਵੀ, ਹਰ ਜਗ੍ਹਾ 'ਤੇ ਅਸੀਂ ਜਾ ਕੇ ਧੱਕੇ ਖਾ ਕੇ ਦੇਖ ਲਿਆ, ਉਹ ਹਮੇਸ਼ਾ ਸਾਨੂੰ ਆ ਕੇ ਇੱਥੇ ਧੱਕੇ ਨਾਲ ਬਾਹਰ ਕੱਢਦੇ ਨੇ, ਸਾਡਾ ਸਮਾਨ ਤੋੜਦੇ ਆ, ਔਰ ਸਾਨੂੰ ਹੀ ਘਰੋਂ ਬਾਹਰ ਕੱਢ ਦਿੰਦੇ ਆ, ਆਪ ਅੰਦਰ ਬਹਿ ਜਾਂਦੇ, ਗੁੰਡਾਗਰਦੀ ਪੂਰੀ ਚੱਲ ਰਹੀ ਆ ਸਾਡਾ ਜੀ ਕੋਈ ਸਾਥ ਨਹੀਂ ਦੇ ਰਿਹਾ। ਅੱਜ ਦਾ ਇਹ ਮਸਲਾ, ਸਵੇਰੇ 6 ਵਜੇ ਉਹ ਆਏ ਨੇ, ਆ ਕੇ ਉਹਨਾਂ ਨੇ ਸਾਡੇ ਨਾਲ ਪੂਰੀ ਗੁੰਡਾਗਰਦੀ ਕੀਤੀ, ਅਸੀਂ ਕੁੰਡਾ ਨਹੀਂ ਖੋਲਿਆ ਆਪਣਾ, ਤੇ ਪੁਲਿਸ ਉੱਥੇ ਮੌਕੇ ਤੇ ਪਹੁੰਚ ਗਈ ਆ, ਉਲਟਾ ਸਾਡੇ ਬੰਦੇ ਹੀ ਲੈ ਗਈ ਫੜ ਕੇ, ਸਵੇਰ ਦੇ ਹਜੇ ਤੱਕ ਉਹ ਬੈਠੇ, ਉਹਨਾਂ ਨੂੰ ਛੱਡਿਆ ਨਹੀਂ ਹੈਗਾ। ਉਹਨਾਂ ਦੇ ਅੰਦਰ ਆਈ ਤੁਹਾਡੇ? ਸਾਡੇ ਬੰਦੇ ਹੈਗੇ 6-7 ਬੰਦੇ ਨੇ ਸਾਡੇ ਅੰਦਰ। ਕੀ ਨਾਂ ਜੀ ਉਹਨਾਂ ਦੇ? ਉਹਨਾਂ ਦਾ ਨਾਮ ਹੈਗਾ ਵਾ ਸੁਖਵਿੰਦਰ ਕੌਰ, ਹਾਂਜੀ, ਤੇ ਹਾਂਜੀ, ਤੇ ਸੁੱਖਾ ਸਿੰਘ, ਤੇ ਹੋਰ ਵੀ ਕਾਫੀ ਜਾਣੇ ਆ ਜਿਹੜੇ ਸਾਡੇ, ਠੀਕ ਹੈ, ਜਿਹੜੇ ਸਾਡੇ ਨਾਲ ਸੀਗੇ। ਤੁਹਾਡੇ ਮੰਗ ਕੀ ਹੈ? ਸਾਡੀ ਇਹੀ ਮੰਗ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ, ਤੇ ਸਾਡੇ ਨਾਲ ਜਿਹੜੀ ਇਹ ਗੁੰਡਾਗਰਦੀ ਕਰਦੇ ਪਏ ਨੇ ਉਹਨੂੰ ਬੰਦ ਕੀਤਾ ਜਾਵੇ। ਇਹ ਤੁਹਾਡੀ ਜਿਹੜੀ ਤੇ ਗੁੰਡਾਗਰਦੀ ਹੋਈ ਹੈ, ਇਹ ਪਹਿਲਾਂ ਵੀ ਤੁਸੀਂ ਦਰਖਾਸਤ ਦਿੱਤੀ ਹੈ ਕਿਤੇ ਚੌਂਕੀ ਥਾਣੇ 'ਚ ਕਿਤੇ ਵੀ? ਬਹੁਤ ਜਗ੍ਹਾ ਦਿੱਤੀਆਂ ਨੇ ਮੈਂ ਜੀ। ਕਿੱਥੇ ਕਿੱਥੇ ਦਿੱਤੀ ਦਰਖਾਸਤ? ਮੈਂ ਸੀਪੀ ਸਾਹਿਬ ਕੋਲੇ ਆ ਜੀ, ਉੱਥੋਂ ਸੀਐਮ ਹਾਊਸ 'ਚੋਂ ਮੇਰੀ ਮਾਰਕ ਹੋ ਕੇ ਸੀਪੀ ਸਾਹਿਬ ਨੂੰ ਆਈ ਹੋਈ ਹੈ, ਡੇਲੋ ਆ ਮੇਰੀ ਦਰਖਾਸਤ, ਮੁਰਾਡੋ ਆ ਮੇਰੀ ਦਰਖਾਸਤ, ਹਰ ਜਗ੍ਹਾ 'ਤੇ ਮੈਂ ਦਿੱਤੀ ਹੋਈ ਹੈ। ਬਿਜਲੀ ਤੇ ਪਾਣੀ ਦਾ ਤੁਹਾਡੇ ਕੋਲੇ ਕੀ ਪ੍ਰਬੰਧ? ਸਾਡੇ ਕੋਲੇ ਕੋਈ ਪ੍ਰਬੰਧ ਨਹੀਂ, ਬਿਜਲੀ ਵੀ ਕੱਟਦੀ ਆ, ਤੇ ਸਾਨੂੰ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ, ਬਾਹਰੋਂ ਉੱਥੇ ਸਾਨੂੰ ਇੱਦਾਂ ਅੰਦਰ ਨਾ ਸਾਨੂੰ ਬਾਹਰ ਨਿਕਲਣ ਦੇ ਰਹੇ ਆ, ਨਾ ਸਾਡੇ ਕਿਸੇ ਨੂੰ ਕੋਈ ਅੰਦਰ ਆ ਰਿਹਾ, ਨਾ ਸਾਡੇ ਕਿਸੇ ਨੂੰ ਘਰ ਦੇ ਨੂੰ ਅੰਦਰ ਆਉਣ ਦੇ ਰਹੇ, ਰਿਸ਼ਤੇਦਾਰ ਆਉਂਦੇ ਆ ਅੰਦਰ ਹੀ ਨਹੀਂ ਆਉਣ ਦੇ ਰਹੇ। ਉਹ ਜਿਹੜੇ ਕੈਮਰੇ ਲੱਗੇ ਆ, ਬਲਜਿੰਦਰ ਸਿੰਘ ਆ, ਬਾਹਰ ਕੱਢਤਾ ਮੈਂ ਮਾਲਕ, ਕੋਠੀ ਦੇ ਕੀ? ਮੈਂ ਉਹਨਾਂ ਰਾਜੀ ਕੋਠੀ ਦਾ, ਤੇ ਇੱਥੇ ਮੇਰੀ ਲੇਬਰ ਲਾਈ ਹੋਈ ਸੀਗੀ ਕੋਠੀ, ਕੰਮ ਸ਼ੁਰੂ ਕਰਾਇਆ ਸੀਗਾ, ਸਵੇਰੇ ਆਏ ਨੇ ਕਰਤ ਸਿੰਘ ਸੰਧੂ ਤੇ ਹੀਨਾ ਤੇ ਅਰਜੁਨ ਸਿੰਘ ਸੰਧੂ, ਤੇ ਉਹਨਾਂ ਦੇ ਡੈਡ ਫਾਦਰ ਸਾਹਿਬ ਜਗਜੀਤ ਸਿੰਘ ਸੰਧੂ, ਤੇ ਉਹਨਾਂ ਜਗਜੀਤ ਸਿੰਘ ਸੁਖਵੰਤ ਸਿੰਘ ਸੰਧੂ ਤੇ ਉਹਨਾਂ ਦੀ ਵਾਈਫ ਜਗਜੀਤ ਸਿੰਘ ਸੰਧੂ, ਬਾਕੀ 20-25 ਬੰਦੇ ਨਾਲ ਲੈ ਕੇ ਤਲਵਾਰਾਂ ਅਤੇ ਹਥਿਆਰ ਲੈ ਕੇ, ਗੰਨ ਲੈ ਕੇ ਇਹਨਾਂ ਸਾਡੇ ਦੇ ਉੱਤੇ ਹਮਲਾ, ਬੰਦੇ 'ਤੇ ਹਮਲਾ ਕੀਤਾ ਆ ਕੇ, ਜਿਹੜੇ ਰਹਿੰਦੇ ਸੀ ਅੰਦਰ ਲੇਬਰ ਵਾਲੇ ਸਾਡੇ, ਉਹਨਾਂ ਬਾਹਰ ਕੱਢਤਾ ਅਤੇ ਆਪ ਅੰਦਰ ਆ ਕੇ ਕਬਜ਼ ਹੋ ਗਏ। ਝਗੜੇ ਤੋਂ ਬਾਅਦ ਵੀ ਹਰਫੀਆ ਬਿਆਨ ਦਿੰਦਾ ਕਿ ਅਸੀਂ ਵੇਚੀ ਹੈ, ਤੇ ਬਾਅਦ ਬਾਅਦ ਹਰਫੀਆ ਬਿਆਨ ਆਪਣੇ ਬਿਆਨ ਦੇ ਚੁੱਕੇ ਸੀ। ਤੁਹਾਡਾ ਫਾਈਨੈਂਸ ਦਾ ਕੰਮ ਹੈਗਾ ਨਾ ਜੀ? ਮੇਰਾ ਇੰਡਸਟਰੀ ਹੈ ਮੇਰੀ,
ਪ੍ਰੋਪਰਟੀ ਦਾ ਮੈਟਰ ਰੌਲਾ ਤੇ ਅੱਜ ਸਵੇਰੇ 6:30 ਮੈਸੇਜ ਮਿਲਿਆ ਵੀ ਮਤਲਬ ਕਬਜ਼ਾ ਹੋ ਰਿਹਾ ਵੀ ਲੋ ਕੋਠੀ ਦੇ ਉੱਤੇ ਕੋਈ ਨਜਾਇਜ਼ ਕਬਜ਼ਾ ਹੋ ਰਿਹਾ ਤੇ ਕਿਹੜੀ ਜਗ੍ਹਾ ਜੀ ਇਹ ਪਾਮ ਐਨਕਲੇਵ ਕੀ ਇਹਨਾਂ ਦਾ ਕੀ ਰੌਲਾ ਆਪਸ ਦੋ ਤਰ੍ਹਾਂ ਦਾ ਜੀ ਇਹਨਾਂ ਦਾ ਪ੍ਰੋਪਰਟੀ ਦਾ ਰੌਲਾ ਕਹਿੰਦੇ ਵੀ ਮਤਲਬ ਅਸੀਂ ਇਹਨਾਂ ਨੇ ਬਰਜਿੰਦਰ ਸਿੰਘ ਨੇ ਖਰੀਦੀ ਹੋਈ ਹੈ ਪ੍ਰੋਪਰਟੀ ਹਿੰਨਾ ਪਾਰਟੀ ਤੋਂ ਬੋਲੋ ਭਾਜੀ ਪੁਲਿਸ ਤੇ ਐਲੀਗੇਸ਼ਨ ਵੀ ਲਾ ਰਹੀ ਕਿ ਪੁਲਿਸ ਬੰਦਿਆਂ ਨੂੰ ਅੰਦਰ ਨਹੀਂ ਜਾਣ ਦੇ ਰਹੀ ਸਾਨੂੰ ਆਰਡਰ ਆ ਵੀ ਮਤਲਬ ਤੁਸੀਂ ਕਿਸੇ ਨੂੰ ਨਾ ਦਾ ਅੰਦਰ ਜਾਣ ਦੇਣਾ ਨਾ ਬਾਹਰ ਝਗੜਾ ਨਹੀਂ ਹੋਣਾ ਇੱਥੇ ਤਾਂ ਕਿ ਲੜਾਈ ਝਗੜਾ ਹੋਣ ਦਾ ਖਦਸ਼ਾ ਲੜਾਈ ਝਗੜਾ ਵੱਧ ਸਕਦਾ ਹਾਂ ਠੀਕ ਹੈ